ਜੈ ਮਾਤਾ ਦੀ ਭਾਜੀ। ਕਿਹੜੇ ਸ਼ਹਿਰ ਤੋਂ ਅੱਜ ਯਾਤਰਾ ਸਟਾਰਟ ਕੀਤੀ ਹੈ? ਅਬੋਹਰ ਤੋਂ। ਅਬੋਹਰ ਤੋਂ ਹੁਸ਼ਿਆਰ ਮਾਤਾ ਚਿੰਤਪੁਰਨੀ, ਬਠਿੰਡਾ, ਬਰਨਾਲਾ, ਲੁਧਿਆਣਾ। ਬਾਈਕ ਤੇ? ਬਾਈਕ ਤੇ ਜੀ। ਕਿੰਨੇ ਕਿਲੋਮੀਟਰ ਅੰਦਾਜ਼ਾ ਕੁਛ? ਸ਼ੁਭ ਨਾਮ? ਰੋਬਿਨ ਜੀ। ਹਰਪ੍ਰੀਤ। ਜੈ ਮਾਤਾ ਦੀ ਭਾਜੀ। ਜੈ ਮਾਤਾ ਦੀ। ਸਾਚੇ ਦਰਬਾਰ ਕੀ ਜੈ। ਦਕਾਣਾ ਚਿੰਦਪੁਰਨੀ ਬਾਈ ਦਾ ਬੋਲ ਸਾਚੇ ਦਰਬਾਰ ਕੀ ਜੈ। ਸਭਾ ਜੀ, ਕਿਹੜੀ ਜਗ੍ਹਾ ਤੋਂ ਯਾਤਰਾ ਸਟਾਰਟ ਕੀਤੀ ਇਸ ਵਾਰ? ਅਸੀਂ ਮੁਕਤਸਰ। ਮੁਕਤਸਰ ਤੋਂ ਇੱਦਾਂ ਹੀ? ਕਿੰਨੇ ਵਾਵਾ ਸ਼ਹਿਰ ਆ ਗਏ ਜੀ। ਲੋ ਜੀ, ਦੇਖ ਸਕਦੇ ਹੋ ਤੁਸੀਂ ਕਿ ਬਾਰਿਸ਼ ਜਿਹੜੀ ਹੈ ਤੇਜ਼ ਹੋ ਗਈ। ਜੈ ਮਾਤਾ ਦੀ ਭਾਜੀ। ਪਛਾਣਿਆ ਨਹੀਂ ਵੈਸੇ? ਰੋਲ ਪਲਾ ਜਾ। ਅੱਛਾ ਅੱਛਾ। ਜੈ ਮਾਤਾ ਦੀ ਭਾਜੀ। ਹੋਰ ਸੁਣਾਓ, ਕਿੱਦਾਂ ਆਨੰਦ ਹੈ? ਹੁਣ 7 ਕੁ ਦਿਨ ਰੌਣਕ ਰਹਿਣੀ ਹੈ? ਠੀਕ ਹੈ। 7 to 9 PM ਚਾਹ ਪਾਪੜ, 9 to 12 ਆਲੂ ਨਾਨ, ਠੀਕ ਹੈ ਜੀ। 12 to 2 ਨਾਲ ਨਾਲ ਨਿਕਲ ਰਹੇ ਜੀ ਪਾਪੜ ਇਧਰਲੀ ਸਾਈਡ, ਤੇ ਨਾਲ ਬਣ ਰਹੀ ਹੈ ਕੜੀ ਔਰ ਚਾਵਲ। ਜੈ ਮਾਤਾ ਜੀ ਸਾਰਿਆਂ ਨੂੰ। ਇੱਕ ਨਵਾਂ ਦਿਨ, ਇੱਕ ਨਵਾਂ ਬਲੌਗ। ਅਲੱਗ ਸ਼ਹਿਰਾਂ ਤੋਂ ਲੰਗਰ ਲੱਗਦੇ ਆ 1 ਜਾਂ 2 ਦਿਨ ਲਈ। ਉਹ ਜਿਹੜੇ ਲੰਗਰ, ਇੱਕ ਪਿੱਛੇ ਸਾਡੇ ਲੰਗਰ ਚੱਲਦਾ ਪਿਆ ਆ, ਤੇ ਉੱਧਰ ਵੀ ਤੁਹਾਨੂੰ ਲੈ ਕੇ ਚੱਲਦੇ ਆ ਕਿ ਕਿੰਨੇ ਦਿਨ ਦਾ ਲੰਗਰ ਹੁੰਦਾ ਔਰ ਕਿੱਥੇ ਆ। ਇੱਕ ਦੂਸਰੀ ਸਾਈਡ ਤੇ ਚੱਲਦੇ ਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਹਾਨ ਕਿਲ੍ਹਾ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ। ਭਾਈ ਹੋ ਗਏ 11-12 ਸਾਲ ਹੋਏ। ਕਿੰਨੇ ਦਿਨ ਦਾ ਲੰਗਰ ਲਗਾਇਆ? ਇਹ ਆਪਣੇ ਭਾਜੀ 2 ਦਿਨ ਦਾ ਹੁੰਦਾ ਅੱਜ ਦਾ ਕੱਲ੍ਹ। ਅੱਜ ਦੇ ਕੱਲ੍ਹ? ਹਾਂਜੀ। ਚਲੋ ਜੀ, ਥੋੜ੍ਹਾ ਜਿਹਾ ਅੱਗੇ ਪਹੁੰਚੇ ਤਾਂ ਇੱਕ ਹੋਰ ਲੰਗਰ ਜਿਹੜਾ ਸੀਗਾ ਲੱਗਾ ਹੋਇਆ ਜੀ, ਭਟੂਰੇ ਔਰ ਚਨੇ। ਜੈ ਮਾਤਾ ਦੀ ਭਾਜੀ। ਜੈ ਮਾਤਾ ਜੀ। ਲੰਗਰ ਜਿਹੜਾ ਹਰ ਸਾਲ ਲਗਾਇਆ ਜਾਂਦਾ ਜਾਂ ਪਹਿਲੀ ਵਾਰ? ਹਰ ਸਾਲ ਭਾਈ ਲਗਾਇਆ ਜਾਂਦਾ ਜੀ। ਕਿੰਨੇ ਦਿਨ ਦਾ ਲੰਗਰ ਹੁੰਦਾ? 1 ਦਿਨ ਦਾ ਭਾਜੀ। ਕਿਹੜੇ ਸ਼ਹਿਰ ਤੋਂ ਆ ਗਏ? ਜਲੰਧਰ ਤੋਂ ਭਾਜੀ। ਜਲੰਧਰ ਤੋਂ ਆ ਗਏ? ਜਿਹੜੀ ਸੇਵਾ ਚੱਲਦੀ ਹੈ ਕਦੋਂ ਤੱਕ ਚੱਲੂਗੀ? ਅੱਜ ਹਰ ਸਾਲ ਅੱਜ ਦਾ ਲੰਗਰ, ਅੱਜ ਦਾ ਨਹੀਂ ਚੱਲੂਗੀ ਭਾਈ। ਹਾਂਜੀ। ਜੈ ਮਾਤਾ ਦੀ। ਜੈ ਮਾਤਾ ਦੀ। ਚਿੰਦਪੁਰਨੀ ਮਾਈ ਦਾ ਬੋਲ ਸਾਚੇ ਦਰਬਾਰ ਕੀ ਜੈ। ਹਰ ਸਾਲ ਭਾਈ ਕੋਈ ਨਾ ਕੋਈ ਲੰਗਰ ਲਾਈਦਾ, ਕਦੀ ਲੱਸੀ ਦਾ, ਕਦੀ ਕਿਸੇ ਚੀਜ਼ ਦਾ, ਕਦੀ ਕੀ ਦਾ। ਬੋਲ ਸਾਚੇ ਦਰਬਾਰ ਕੀ ਜੈ। ਦਕਾਣਾ ਚਿੰਦਪੁਰਨੀ ਮਾਈ ਦਾ ਬੋਲ ਸਾਚੇ ਦਰਬਾਰ ਕੀ ਜੈ। ਰਾਜ ਖਤਾਰਨ ਜਾ ਕੇ ਆਈ ਸੰਗਤ ਨੂੰ ਸਾਡਾ ਧੰਨਵਾਦ ਹੈ। ਠੀਕ ਹੈ, ਬਾਕੀ ਸਾਰਿਆਂ ਬਹੁਤ ਬਹੁਤ ਵਧਾਈਆਂ। ਮਾਤਾ ਜੀ, ਜੈ ਮਾਤਾ ਦੀ, ਜੈ ਮਾਤਾ ਦੀ। ਪਹਿਲਾ ਹੀ ਲੰਗਰ ਹੈ, ਤੇ ਜੇ ਅਸੀਂ ਬ੍ਰੇਕ ਲਾਈ ਸੀ ਚਾਹ ਨਾ ਪੀ ਏਦਾਂ ਹੋ ਸਕਦਾ। ਜਹਾਨ ਕਿਲ੍ਹਾ ਭਾਜੀ, ਜਹਾਨ ਕਿਲ੍ਹਾ ਆਪਣਾ ਉਨਾ ਰੋਡ ਤੇ। ਹਾਂਜੀ, ਜਹਾਨ ਕਿਲ੍ਹਾ ਉਨਾ ਰੋਡ ਤੇ ਪੁਲਿਸ ਟ੍ਰੇਨਿੰਗ ਸੈਂਟਰ ਜਿੱਥੇ ਨਾ ਹੈਗਾ। ਹਾਂਜੀ ਹਾਂਜੀ, ਉਹਦੇ ਨਾਲ ਡਿਊਟੀ ਲੱਗੀ ਹੈ। ਉਹ ਸਾਡੇ ਪਿੰਡ 'ਚ ਹੀ ਆਉਂਦਾ ਜਹਾਨ ਕਿਲ੍ਹਾ। ਸਮਝ ਗਿਆ ਮੈਂ, ਮੈਂ ਸ਼ਿਮਲਾ ਪਹਾੜੀ ਤੋਂ ਹੀ ਹਾਂ ਤੁਹਾਡੇ ਇਲਾਕੇ ਵਿੱਚ। ਓਕੇ, ਤੁਹਾਡੇ ਹੁਸ਼ਿਆਰਪੁਰ ਦਾ ਹੀ ਬਲੌਗਰ ਹੈ। ਓਕੇ ਓਕੇ, ਠੀਕ ਹੈ ਜੀ। ਠੀਕ ਹੈ, ਬਹੁਤ ਵਧੀਆ ਸੇਵਾ ਕਰ ਰਹੇ ਹੈ। ਕੱਲ੍ਹ ਨੂੰ ਵੀ ਚੱਲੂਗਾ, ਕੱਲ੍ਹ ਵੀ ਚੱਲੇਗਾ ਜੀ। ਕੱਲ੍ਹ ਨੂੰ ਇੱਕ ਦੋ ਚੀਜ਼ਾਂ ਦੱਸੋ ਮੈਨੂੰ ਕਿਹੜੀਆਂ। ਇੱਕ ਤਾਂ ਭਾਜੀ ਵਾਈਟ ਸੌਸ ਪਾਸਤਾ ਚੱਲੇਗਾ, ਕੇਸਰ ਵਾਲਾ ਦੁੱਧ ਚੱਲੇਗਾ, ਲੱਡੂ ਚੱਲਣਗੇ ਬੂੰਦੀ ਦੇ। ਠੀਕ ਹੈ, ਠੀਕ ਹੈ ਜੀ। ਆਲੂ ਨਾਨ, ਚਨੇ, ਕੁਲਚਾ, ਚਨਾ ਕੁਲਚਾ, ਰਾਜਮਾ ਚਾਵਲ, ਔਰ ਆ ਮੈਨਿਊ ਵੀ ਮੇਰੇ ਅੱਗੇ ਆ ਚੁੱਕਾ ਜੀ, ਤੁਹਾਨੂੰ ਖਾਸ ਕਰ ਮੈਂਸ਼ਨ ਦੱਸ ਦਵਾਂ ਜੀ। 7 to 9 PM ਚਾਹ ਪਾਪੜ, 9 to 12 ਆਲੂ ਨਾਨ,
ਠੀਕ ਹੈ ਜੀ, 12 ਤੋਂ 2 ਰਾਜਮਾ ਚਾਵਲ ਔਰ 2 ਤੋਂ 4 ਸਫੇਦ ਸੌਸ ਪਾਸਤਾ, 4 ਤੋਂ 6 ਆਈਸਕ੍ਰੀਮ ਤੇ 6 ਵਜੇ ਤੋਂ 7 ਵਜੇ ਤੱਕ ਕੇਸਰ ਵਾਲਾ ਦੁੱਧ ਔਰ 7 ਤੋਂ 11 ਚੱਲੂਗਾ ਜੀ ਚਨੇ ਕੁਲਚੇ, ਠੀਕ ਹੈ ਜੀ। ਤੇ ਮੈਂਸ਼ਨ ਕਰ ਦਿੰਦਾ ਭਾਜੀ, ਐਡਰੈਸ ਦੱਸੋ ਕਿਹੜੀ ਜਗ੍ਹਾ ਹੈ, ਇਹ ਕਿੱਥੇ ਲੰਗਰ ਲਗਾਇਆ ਜਾਂਦਾ? ਸਰ ਪਹਿਲੀ ਚੜਾਈ ਚੜ ਕੇ ਪਾਣੀ ਦੀ ਟੈਂਕੀ ਦੇ ਬਿਲਕੁਲ ਸਾਹਮਣੇ, ਇਹਨੂੰ ਬੂਸਟਿੰਗ ਸਟੇਸ਼ਨ ਵੀ ਕਿਹਾ ਜਾਂਦਾ ਹੈ, ਉਹਦੇ ਬਿਲਕੁਲ ਸਾਹਮਣੇ ਜਿਹੜੀ ਖਾਲੀ ਜਗ੍ਹਾ ਹੈ ਇੱਥੇ ਤੀਸਰਾ ਲੰਗਰ ਖਾਧਾ ਜੀ, ਉਹ ਇੱਕ ਨੰਬਰ ਆ, 2 ਨੰਬਰ ਆ, 3 ਨੰਬਰ, ਠੀਕ ਹੈ ਜੀ। ਤੁਹਾਨੂੰ ਫੁੱਲ ਡਿਟੇਲ ਦੇ ਨਾਲ ਮੈਂਸ਼ਨ ਕਰ ਦਿੱਤਾ ਗਿਆ ਕਿ ਕਾਫੀ ਚੀਜ਼ਾਂ ਆ ਜਿਹੜੀਆਂ ਲੱਗੂਗੀਆਂ, ਹਾਂਜੀ ਕੀ ਕਹਿਣਾ ਚਾਹੁੰਦਾ? ਉੱਪਰ ਆ ਬੋਰਡ ਲੱਗਾ ਹੋਇਆ ਭਾਜੀ, ਠੀਕ ਹੈ ਜੀ, ਲਿਖਿਆ ਸ਼ੀਤ ਭਗਤ ਸਿੰਘ ਨੌਜਵਾਨ ਸਭਾ, ਇਹ ਬੋਰਡ ਹਰ ਸਾਲ ਇੱਕੋ ਹੀ ਬੋਰਡ ਲੱਗਦਾ ਜੀ, ਸੇਮ ਇਹੀ ਬੋਰਡ ਲੱਗੇਗਾ। ਪਹਿਲਾਂ ਨਵਰਾਤਰਾ ਆ ਤੇ ਆਓ, ਨਾਲੇ ਲੰਗਰ ਛਕੋ, ਨਾਲੇ ਜੈ ਮਾਤਾ ਦੀ ਬੋਲੋ, ਠੀਕ ਹੈ ਭਾਜੀ, ਧੰਨਵਾਦ ਜੀ। ਆਪਣਾ ਸ਼ੁਭ ਨਾਮ ਵੀ ਬੋਲੋ। ਮੇਰਾ ਨਾਮ ਮਨੀਸ਼ ਕੁਮਾਰ ਜੀ। ਮਿਲ ਕੇ ਵਧੀਆ ਲੱਗਾ। ਸ਼ਰਧਾਲੂ ਇਸ ਵਾਰ ਆ ਰਹੇ, ਉਹਨਾਂ ਨੂੰ ਕੀ ਅਪੀਲ ਕੀਤੀ ਜਾਂਦੀ? ਅਪੀਲ ਇਹੀ ਹੈ ਕਿ ਸਾਫ਼ ਸਫਾਈ ਦਾ ਧਿਆਨ ਦਿਓ, ਡਿਸਪੋਜੇਬਲ ਘੱਟ ਵਰਤੋ ਜੀ, ਜਾਂ ਕਿ ਤਾਂ ਕਿ ਇੱਥੇ ਸਾਫ਼ ਜਿਹੜੇ ਬਾਹਰੋਂ ਆਉਣ ਵਾਲੇ ਬੰਦੇ ਵੀ ਜਿਹੜਾ ਦੇਖਣ, ਉਹ ਤਾਂ ਲੱਗੇ ਹੋਏ ਆ ਜੀ, ਉਹ ਲੱਗੇ ਹੋਏ ਆ ਸਾਡੇ, ਹਾਂਜੀ ਪ੍ਰਧਾਨ ਸਾਹਿਬ ਸਾਡੇ, ਇਹਨਾਂ ਨਾਲ ਵੀ ਕੁਛ ਕਰੋ। ਜੈ ਮਾਤਾ ਦੀ ਜੀ ਸਾਰਿਆਂ ਨੂੰ। ਮੇਰਾ ਨਾਮ ਮੁਕੇਸ਼ ਵਰਮਾ ਜੀ, ਪਿੰਡ ਜਹਾਨ ਖੇਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜੀ। ਸਾਡਾ ਇਹੀ ਸੰਦੇਸ਼ ਆ ਜੀ ਕਿ ਆਉਣ ਜਾਣ ਵਾਲੇ ਯਾਤਰੀ ਜਿੰਨੇ ਵੀ ਆ ਜੀ, ਉਹ ਸਫਾਈ ਦਾ ਧਿਆਨ ਰੱਖਣ, ਤੇ ਥੋੜਾ ਆਪਣੇ ਜਿਹੜੇ ਵਹੀਕਲ ਵੀ ਆ ਥੋੜੇ ਕੇਅਰਫੁਲੀ ਚਲਾਉਣ, ਤਾਕੀ ਥੋੜਾ ਸੱਟ ਚੋਟ ਦਾ ਧਿਆਨ, ਜਿਹੜੇ ਪੈਦਲ ਯਾਤਰੀ ਆ ਉਹਨਾਂ ਦਾ ਵੀ ਧਿਆਨ ਰਵੇ, ਤੇ ਸਕੂਟਰ ਮੋਟਰਸਾਈਕਲ ਵਾਲੇ ਵੀ ਥੋੜਾ ਧਿਆਨ ਰੱਖਣ। ਜੈ ਮਾਤਾ ਜੀ। ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਵਿਸ਼ੇ ਕੌਸ਼ਲ ਵੱਲੋਂ ਨਿੱਕੀ ਮਹਾਮਾਰੀ ਦੇ ਨਰਾਤੇ ਬਹੁਤ ਬਹੁਤ ਮੁਬਾਰਕਾਂ, ਅਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਮਾਤਾ ਰਾਣੀ ਦਾ ਲੰਗਰ ਵਰਤਾਇਆ ਜਾ ਰਿਹਾ ਉਹਦੇ ਵਿੱਚ ਡਿਸਪੋਜ਼ਲ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਡਿਸਪੋਜ਼ਲ ਤੁਹਾਨੂੰ ਪਤਾ ਜ਼ਿਆਦਾ ਖਲੇਰਾ ਪੈਣ ਕਰਕੇ ਪਸ਼ੂ ਵੀ ਖਾਂਦੇ ਔਰ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ। ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਡਿਸਪੋਜ਼ਲ ਨਾ ਯੂਜ਼ ਕਰੋ, ਜਿੰਨਾ ਹੋ ਸਕਦਾ ਬਰਤਨਾਂ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਵੇ। ਜੈ ਮਾਤਾ। ਥੋੜੇ ਜਿਹੇ ਅੱਗੇ ਅਸੀਂ ਜਾ ਰਹੇ ਹਾਂ ਤੇ ਇੱਕ ਹੋਰ ਜਿਹੜੇ ਟੈਂਟ ਲੱਗ ਰਹੇ ਆ ਤੇ ਲੰਗਰ ਵੀ ਲੱਗਣਗੇ ਆਉਣ ਵਾਲੇ ਟਾਈਮ 'ਚ, ਕਵਰ ਕਰਦੇ ਜਾਵਾਂਗੇ, ਬਣੇ ਰਹੋ ਮੇਰੀ ਵੀਡੀਓ ਦੇ ਵਿੱਚ। ਉਹ ਦੇਖੋ ਜੀ ਸਾਹਮਣੇ ਕਾਰ ਤੇ ਲੰਗਰ ਵਰਤਾਏ ਜਾ ਰਹੇ ਆ, ਦੇਖ ਸਕਦੇ ਹੋ ਤੁਸੀਂ ਸਾਹਮਣੇ ਕਾਰ ਦੇ ਵਿੱਚ ਪੂਰੀ ਧੂਮ ਮੱਚੀ ਹੋਇਆ, ਇੱਕ ਲੰਗਰ ਇੱਧਰ ਚੱਲ ਰਿਹਾ ਹੁਸ਼ਿਆਰਪੁਰ ਵਾਲਿਆਂ ਦਾ। ਸਵੇਰ ਦਾ ਟਾਈਮ ਹੈ ਜੀ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਥੋੜ੍ਹਾ ਜਿਹਾ ਅੱਗੇ ਗਏ ਤਾਂ ਰੈਟਰੀਟ, ਠੀਕ ਹੈ ਜੀ, ਉਹਦੇ ਕੋਲ ਵੀ ਸ਼ਰਧਾਲੂ ਜਿਹੜੇ ਸੀ ਜੀ ਆਪਣੇ ਮੋਟਰਸਾਈਕਲਾਂ 'ਤੇ ਜਾ ਰਹੇ ਸੀ, ਅਤੇ ਬਹੁਤ ਹੀ ਰੌਣਕ ਮੇਲਾ ਅੱਜ ਤੋਂ ਜਿਹੜਾ ਸ਼ੁਰੂ ਹੋ ਜਾਣਾ ਆ। ਜੈ ਮਾਤਾ ਦੀ ਕਮੈਂਟ ਕਰੀ ਜਾਓ ਅਤੇ ਅੱਗੇ ਜਾ ਕੇ ਦੇਖਦੇ ਹਾਂ ਹੋਰ ਕਿੰਨੇ ਕੁ ਲੰਗਰ ਜਿਹੜੇ ਲੱਗੇ ਹੋਏ ਨੇ ਅਤੇ ਕਿੰਨੇ ਕੁ ਲੰਗਰ ਲੱਗਣ ਵਾਲੇ ਆ। ਇੱਕ ਵਾਰੀ ਮੌਸਮ ਔਰ ਤੁਸੀਂ ਰੋਡ ਦਾ ਜਿਹੜਾ ਬਹੁਤ ਸੋਹਣਾ ਵਿਊ ਹੈ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਯਾਦ ਹੀ ਹੋਣਾ ਜੀ ਜਿਹੜਾ ਪਿਛਲੇ ਬਲੌਗ ਤੁਸੀਂ ਬਹੁਤ ਪਿਆਰ ਦਿੱਤਾ ਹੁਸ਼ਿਆਰਪੁਰ ਵਾਲਿਆਂ ਦਾ ਲੰਗਰ ਅੱਗੇ ਜਾ ਕੇ ਲੱਗਾ ਹੋਇਆ ਸੀ, ਅਤੇ ਕੱਲ੍ਹ ਅਸੀਂ ਇਹਨਾਂ ਨਾਲ ਪੂਰੀ ਗੱਲਬਾਤ ਕੀਤੀ ਸੀ, ਇੰਟਰਵਿਊ ਕੀਤੀ ਸੀਗੀ, ਅਤੇ ਆਉਣ ਵੇਲੇ ਅੱਜ ਵੀ ਜਿਹੜਾ ਲੰਗਰ ਚੱਲ ਰਿਹਾ ਸੀ, ਅਤੇ ਜਦੋਂ ਅਸੀਂ ਵਾਪਸ ਆਵਾਂਗੇ ਫਿਰ ਇਸ ਲੰਗਰ ਨੂੰ ਕਵਰ ਕਰਾਂਗੇ ਕਿ ਇੱਥੇ ਕੀ ਬਣ ਰਿਹਾ, ਅਤੇ ਉਨੀ ਦੇਰ ਨੂੰ ਚੱਲਦੇ ਹਾਂ ਜੀ ਅੱਗੇ। ਇੱਕ ਵਾਰੀ ਫਿਰ ਕਹਿੰਦਾ ਜਿਹੜਾ ਮੌਸਮ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਹੀ ਵਧੀਆ ਮੌਸਮ। ਜਕਾਰਾ ਸ਼ੇਰਾ ਵਾਲੀ ਮਤਾ ਦਾ ਬਾਬਾ ਜੀ, ਕਿਹੜੀ ਜਗ੍ਹਾ ਤੋਂ ਯਾਤਰਾ ਸਟਾਰਟ ਕੀਤੀ ਇਸ ਵਾਰ? ਮੁਕਤਸਰ ਤੋਂ। ਇੱਦਾਂ ਹੀ ਮੁਕਤਸਰ, ਮੁਕਤਸਰ ਤੋਂ ਮਾਤਾ ਚਿੰਤਪੁਰਨੀ। ਚਿੰਤਪੁਰਨੀ ਕਿੰਨੇ ਕਿਲੋਮੀਟਰ ਹੈ? ਇਹ ਤੋਂ ਹੋਊਗਾ ਜੀ ਕਿੰਨੇ, ਵਾਵਾ ਸ਼ਹਿਰ ਆ ਗਏ ਜੀ, ਇੰਨਾ ਅੰਦਾਜ਼ਾ। ਕਿੰਨੇ ਦਿਨ ਹੋ ਗਏ ਚੱਲਿਆਂ ਨੂੰ? ਮੈਨੂੰ 8-9 10 ਦਿਨ ਹੋ ਗਏ। 9 ਦਿਨ ਹੋ ਗਏ, ਹਰ ਸਾਲ ਤਰੀਕ ਨੂੰ ਆਉਣਾ ਮੈਂ ਤਾਂ ਅੱਜ ਹੋ ਗਏ ਜੀ ਮੈਨੂੰ 9-10 ਦਿਨ ਹੋ ਗਿਆ, ਮੈਂ ਪਿਛਲੇ ਸ਼ਨੀਵਾਰ ਦਾ ਤੁਰਿਆ ਸੀ। ਹਰ ਸਾਲ ਕੇ ਇਸ ਸਾਲ ਪਹਿਲੀ ਵਾਰ? ਹਰ ਸਾਲ। ਜੈ ਮਾਤਾ ਦੀ। ਜੈ ਮਾਤਾ।
ਮਾਤਾ ਰਾਣੀ ਮਿਹਰ ਰੱਖੇ ਤੁਹਾਡੇ। ਜੈ ਮਾਤਾ ਦੀ। ਥੋੜ੍ਹਾ ਜਿਹਾ ਅੱਗੇ ਪਹੁੰਚੇ ਸੀ ਤਾਂ ਜੀ ਬਾਰਿਸ਼ ਸ਼ੁਰੂ ਹੋ ਗਈ। ਬਾਰਿਸ਼ ਸ਼ੁਰੂ ਹੋਣ ਦੇ ਨਾਲ ਅਸੀਂ ਲਗਾ ਲਈ ਸਾਈਡ 'ਤੇ ਬ੍ਰੇਕ, ਅਤੇ ਇੱਥੇ ਵੀ ਲੱਕਰ ਚੱਲ ਰਿਹਾ ਸੀਗਾ। ਫੁੱਲ ਡਿਟੇਲ ਦੇ ਨਾਲ ਕਵਰ ਕਰਾਂਗੇ ਜੀ ਨੈਕਸਟ ਬਲੌਗ ਦੇ ਵਿੱਚ, ਕਿਉਂਕਿ ਇਹ ਵੀਡੀਓ ਲੰਬੀ ਹੋ ਗਈ ਹੈ। ਜਿਹੜੇ ਇੱਥੇ ਤੱਕ ਦੇਖ ਰਹੇ ਆ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ।